الو، السلام عليكم تاتا دي. وعليكم السلام. بطر، تاتا دي صدقها يا سيدي. بطر بات اكل لگی جی تے ویر کھول گئی بارو بدر دروازہ کھڑکایا کسی نے کھول گئی تے بس کا ہاں جی ہوگا چاچا کون جی بول رہا ہے؟ رانا اجاز گل کر رہے ہیں چاچا جی. رانا اجاز. ہاں جی چاچا جی صحت بھی ٹھیک ہے؟ شکر اللہ بہت میں پچھانے نہیں رانا جاد کا مدا جڑا جیدہ کٹیلا نہیں گا وہ مطلب جی رانا جاد مدا جی بھی آنکھیں کا خراب ہے. ہیلو جی چاچا جی. چاچا جی کدہ کام شم ٹھیک ہے؟ ادھر کام کام ٹھیک ہے. تو رانا جاد ہوئی بولتا نا جب منڈے جی کلیل بچی جی دی ہوتی اسے لکھ نہیں آنکھوں نہیں ہی خراب. نہیں نہیں چاچا جی نہیں نہیں ਸਾਡੀ ਸਹੀ ਮੈਂ ਮਾਦਰੇ ਚੰਦਾ ਪੁੱਤਰ. ਮੇਰੇ ਕੋਲ ਇੱਕ ਮੁੰਡਾ ਕੰਮ ਕਰਦਾ ਜੋ ਉਹਦਾ ਨਾ ਮੈਂ ਕਿਹਾ ਸ਼ਾਇਦ ਉਹ ਹੈ. ਅੱਲਾ ਮਾਫੀ ਦੇ, ਅੱਲਾ ਪਾਕ ਕਿਸੇ ਦਾ ਦਿਲ ਖਰਾਬ ਨਾ ਕਰੇ ਜੀ. ਤੇ ਚਾਚਾ ਜੀ ਤੁਹਾਡੀਆਂ ਅੱਖਾਂ ਦੋਵੇਂ ਹੀ ਹੈ ਨੇ ਜੀ? ਅੱਲਾ ਦਾ ਸ਼ੁਕਰ ਹੈ ਚਾਚਾ ਜੀ, ਦੋਵੇਂ ਨੇ ਤੁਹਾਡੀਆਂ. ਮੈਨੂੰ ਲੱਗਦਾ ਤੁਸੀਂ ਫੇਰ ਵੀ ਨੰਬਰ ਗਲਤ ਮਿਲਾ ਲਿਆ. ਨਹੀਂ ਨਹੀਂ ਚਾਚਾ ਜੀ, ਤੁਸੀਂ ਮਿਸਤਰੀਆਂ ਦਾ ਕੰਮ ਨਹੀਂ ਕਰਦੇ? ਮੈਂ ਮਿਸਤਰੀਆਂ ਦਾ ਹੀ ਕੰਮ ਕਰਦਾ ਪੁੱਤਰ. ਚਾਚਾ ਜੀ ਫੇਰ ਸਹੀ ਨੰਬਰ ਮਿਲਾਇਆ. ਗੁਲਾਮਾਬਾਦ ਰਿਹਾ ਐਸਾ ਨਾ ਜੀ ਆਪਣੀ? ਗੁਲਾਮਾਬਾਦ ਆਦਮ ਚੌਕ. ਹਾਂਜੀ ਹਾਂਜੀ ਚਾਚਾ ਜੀ, ਸਾਡੀ ਨਾ ਨਹਿਰ ਤੇ ਰਿਹਾ ਐਸਾ, ਸਈਦ ਕਲੋਨੀ ਨਹਿਰ ਤੇ. ਨਹਿਰ ਤੇ ਚਾਚਾ ਜੀ, ਨਹਿਰ ਤੇ. ਪੁੱਤਰ ਨਹਿਰ ਤੇ ਕਿਹੜੀ ਰਿਹਾ ਹੁੰਦੀ ਹੈ? ਮਤਲਬ ਨਹਿਰ ਦੇ ਆਸੇ ਪਾਸੇ ਦੀ ਕਲੋਨੀਆਂ ਨੀ ਚਾਚਾ ਜੀ ਬਣੀਆਂ ਹੋਈਆਂ? ਨਹਿਰ ਤੇ ਘਾਹ ਹੁੰਦਾ? ਨਹੀਂ ਨਹੀਂ ਜੀ ਚਾਚਾ ਜੀ, ਨਹਿਰ ਦੇ ਆਸੇ ਪਾਸੇ ਦੀ ਕਲੋਨੀਆਂ ਬਣੀਆਂ ਹੋਈਆਂ. ਨਹਿਰ ਜਿਹੜੀ ਹੈ ਅਬਦੁੱਲਾਪੁਰ ਵਾਲੀ? ਹਾਂਜੀ 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 ਚਾਚਾ ਜੀ. ਤੇ ਚਾਚਾ ਜੀ ਜਗ੍ਹਾ ਲਈ ਹੈ, ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਹੈ. ਅੱਲਾ ਪਾਕ ਨੇ ਬੜੇ ਚਿਰਾਂ ਬਾਅਦ ਕੋਈ 30 ਸਾਲਾਂ ਬਾਅਦ ਸੁਣੀ ਹੈ. ਅੱਲਾ ਖੈਰ ਕਰੇ ਪੁੱਤਰ. ਹਾਂਜੀ, ਤੇ ਮਕਾਨ ਬਣਾਉਣਾ? ਹਾਂਜੀ, ਅੱਲਾ ਜੀ ਪਾਕ ਨੇ ਮਰਲਾ ਜਗ੍ਹਾ ਦੇ ਦਿੱਤੀ ਹੈ ਜੀ. ਕਿੰਨੀ? 1 ਮਰਲਾ ਚਾਚਾ ਜੀ. 30 ਸਾਲਾਂ ਬਾਅਦ 1 ਮਰਲਾ ਪੁੱਤਰ? ਜੀ ਚਾਚਾ ਜੀ. ਤੇ ਹੁਣ ਉੱਥੇ ਆਪਾਂ ਮਕਾਨ ਖੜਾ ਕਰਨਾ ਹੈ. 30 ਸਾਲਾਂ ਬਾਅਦ 1 ਮਰਲਾ? ਤੁਹਾਡੀ ਜਗ੍ਹਾ ਮੈਂ ਹੁੰਦਾ, ਮੈਂ ਅੱਲਾ ਨੂੰ ਵਾਪਸ ਕਰ ਦੇਣੀ. ਚਾਚਾ ਜੀ ਇਹ ਨਸ਼ੁਕਰੀ ਹੁੰਦੀ ਹੈ. 6 ਭਰਾ ਆ ਜੀ ਅਸੀਂ. ਮੈਂ ਕਿਹਾ ਚਲੋ ਜਿਹੜੀ ਥੋੜੀ ਥੋੜੀ ਆਏਗੀ ਰਹਿ ਲਾਂਗੇ ਉਹ ਚ. ਚਾਚਾ ਜੀ ਨੇ ਆਪੇ ਮਕਾਨ ਬਣਾ ਦੇਣਾ ਸਾਨੂੰ, ਬਹੁਤ ਸੋਹਣਾ. ਤੇ ਚਾਚਾ ਜੀ 6 ਕਮਰੇ ਬਣਾ ਦੇ ਉਹ ਚ. ਹੈਲੋ ਚਾਚਾ ਜੀ. ਪੁੱਤਰ ਨੀਂਦ ਚ ਮੈਂ ਆ, ਤੂੰ ਨਹੀਂ? ਚਾਚਾ ਜੀ ਮਰਲਾ ਜਗ੍ਹਾ ਹੈ ਤਾਂ 6 ਕਮਰੇ ਬਣਾ ਦਿਓ, ਤੇ ਨਿਆਣੇ ਦੇ ਖੇਡਣ ਖੁਡਣ ਨੂੰ ਕੋਈ ਹਲਕਾ ਜਿਹਾ ਲੌਨ ਸ਼ੌਨ ਬਣਾ ਦਿਓ, ਰਾਤ ਨੂੰ ਚਲੋ ਬਹਿ ਜਾ ਕਰਾਂਗੇ ਉੱਥੇ. ਤੇ ਬੈਠਕ ਇੱਕ ਬਣਾ ਦੇਣਾ, ਮੁੰਡਿਆਂ ਦੇ ਯਾਰ ਦੋਸਤ ਜਿਹੜੇ ਆਉਂਦੇ ਡੈਕ ਡੁਕ ਲਾ ਕੇ ਸ਼ਾਮ ਨੂੰ ਬਹਿ ਜਾ ਕਰਨਗੇ ਉੱਥੇ ਗਲੀ ਚ. ਤੇ ਇੱਕ ਬੈਠਕ ਬਣਾ ਦਈਏ. ਤੇ ਕਿਤੇ ਬਣਾ ਦਈਏ ਨੌਵਾਂ ਜਿਹੜੇ. ਹਾਂਜੀ, ਗਰਾਜ ਵੀ ਛੋਟਾ ਜਿਹਾ ਬਣਾ ਦੇਣਾ, ਰੱਬ ਦਾ ਕੀ ਪਤਾ ਹੁੰਦਾ, ਰੱਬ ਗੱਡੀ ਵੀ ਦੇ ਦੇਗਾ. ਅੰਦਰ ਨਹਾਉਣ ਵਾਲਾ ਟੋਇਆ ਜਿਹਾ ਵੀ ਬਣਾ ਦਾਂਗਾ, ਸਵਿਮਿੰਗ ਪੂਲ? ਨਹੀਂ 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 ਬਣਵਾ ਲਓ ਪੁੱਤ, ਇੰਨੀ ਵਾਧੂ ਜਗ੍ਹਾ ਪਈ ਰਹੂਗੀ, ਕੀ ਕਰੋਗੇ? ਨਹੀਂ ਤੇ ਹੁਣ ਤੁਸੀਂ 6 ਭਰਾ ਜੀ, 1 ਮਰਲਾ ਜਗ੍ਹਾ ਅੱਲਾ ਨੇ ਤੁਹਾਨੂੰ 30 ਸਾਲਾਂ ਬਾਅਦ ਦੇ ਦਿੱਤੀ ਜੀ ਚਾਚਾ ਹੈ ਪੁੱਤਰ, 30 ਸਾਲਾਂ ਬਾਅਦ 1 ਮਰਲਾ ਪੁੱਤਰ? ਅੱਲਾ ਦਾ ਸ਼ੁਕਰ. ਇੰਚ ਵੀ ਨੀ, ਸਾਲ ਦੀ 1 ਇੰਚ ਵੀ ਨੀ ਬਣਦੀ ਪੁੱਤਰ, ਏਡੀ ਮਤਲਬ ਕਿ ਕੀ ਲੋੜ ਸੀ ਤੁਹਾਨੂੰ 1 ਮਰਲਾ ਜਗ੍ਹਾ ਲੈ ਲਈ ਸਾਲ ਬਾਅਦ? ਬਸ ਅੱਲਾ ਦੀਆਂ ਨਵਾ, ਅੱਲਾ ਪਾਕ ਹਰ ਬੰਦੇ ਨੂੰ ਦੇਵੇ ਜੀ, ਅੱਲਾ ਪਾਕ ਹਰ ਬੰਦੇ ਨੂੰ ਦੇਵੇ. ਮੈਂ ਕਹਿੰਦਾ 250 ਸਾਲ ਹੋਰ ਠਹਿਰ ਜੋ, 2.5 ਮਰਲੇ ਪੂਰੀ ਹੋ ਲੈਂਦੇ ਹੋ. ਅੱਲਾ ਪਾਕ ਤੁਹਾਨੂੰ ਵੀ ਦੇਵੇ ਜੀ. ਨਹੀਂ ਪੁੱਤਰ ਮੈਂ ਠੀਕ ਆ, ਜਿੱਤੀਆਂ ਸਾਲ 1 ਮਰਲਾ ਜਗ੍ਹਾ ਦੇਣੀ ਹੈ, ਉਹਦੇ ਨਾਲੋਂ ਪੁੱਤਰ ਮੈਂ ਕਿਰਾਏ ਦੇ ਮਕਾਨ ਜੀ ਜਗ੍ਹਾ ਤੂੰ ਗੱਲ ਕਰ ਰਿਹਾ ਸੀ 1 ਮਰਲੇ ਜਗ੍ਹਾ ਤੇ ਪੁੱਤਰ, ਗੱਲ ਇਹ ਹੈ ਮੇਰੀ ਗੱਲ. ਨਾਂ ਕੀ ਤੇਰਾ? ਮੇਰਾ ਨਾਂ ਰਾਣਾ ਇਜਾਜ਼. ਰਾਣਾ ਇਜਾਜ਼? ਪੁੱਤਰ ਰਾਣਾ ਇਜਾਜ਼ ਗੱਲ ਇਹ ਹੈ ਕਿ 1 ਮਰਲਾ ਜਗ੍ਹਾ ਪੁੱਤਰ, 1 ਮਰਲੇ ਜਗ੍ਹਾ ਤੇ ਸਿਰਫ ਇਹ ਹੈ ਕਿ ਚੱਲ ਤੂੰ ਇਕੱਲੇ ਨੇ ਰਹਿਣਾ ਕਿ ਮੈਂ ਸਾਰਿਆਂ ਨੇ ਰਹਿਣਾ? 6 ਦੇ 6 ਭਰਾ ਰਹਿਣਗੇ ਜੀ ਇਨਸ਼ਾਅੱਲਾ. 6 ਦੇ 6 ਭਰਾ 1 ਮਰਲੇ ਚ ਰਹਿਣਾ ਤੇ ਮੈਂ ਹੇਠ ਉੱਪਰ ਬਣਾ ਦਾ 6 ਮੰਜ਼ਿਲਾ? ਨਹੀਂ ਨਹੀਂ ਚਾਚਾ ਜੀ, ਨਹੀਂ ਇੰਨੇ ਪੈਸੇ ਨਹੀਂ ਹੈਗੇ, ਸਿੰਗਲ ਸਟੋਰੀ ਬਣਾਉਣੀ. ਅੱਛਾ, ਸਿੰਗਲ ਸਟੋਰੀ 1 ਮਰਲਾ ਜਗ੍ਹਾ, 6 ਭਰਾਵਾਂ ਨੇ ਰਹਿਣਾ, ਬੈਠਕ ਵੀ ਚਾਚਾ ਜੀ? ਬੈਠਕ ਵੀ ਠੀਕ ਹੈ. ਕਿੱਦਾਂ ਕੰਮ ਤੇ ਆਉਂਗੇ ਤੁਸੀਂ?
ਹੁਣ ਡੋਰੀਮੋਨ ਤੇ ਨਹੀਂ ਬੋਲ ਰਿਹਾ? ਡੋਰੀਮੋਨ ਕੌਣ ਤੇਰੇ? ਮੈਂ ਕਿਹਾ ਪੁੱਤਰ ਡੋਰੀਮੋਨ ਨਿੱਕੇ ਨਿੱਕੇ ਹੁੰਦੇ ਨਾ, ਸ਼ਾਇਦ ਕੋਈ ਨਿੱਕੇ ਨਿੱਕੇ ਬੋਣੇ ਆ ਤੁਸੀਂ ਛੇ ਭਰਾ। ਮੈਂ ਅੱਲਾ ਮਤਲਬ ਰਾਤ ਦੇ ਟਾਈਮ ਦੇਖ ਨਾ, ਤੂੰ ਕਿ ਬਜ਼ੁਰਗ ਆਦਮੀ ਸੁੱਤੇ ਮੈਨੂੰ ਉਠਾ ਕੇ ਇੱਕ ਮਰਲਾ ਜਗ੍ਹਾ ਛੇ ਭਰਾ, 30 ਸਾਲਾਂ ਬਾਅਦ ਤੁਹਾਨੂੰ ਅੱਲਾ ਨੇ ਛੇ ਭਰਾ ਦਿੱਤੇ ਆ। ਹੈਂ ਕੀ ਕਿਹਾ ਸੀ? 30 ਸਾਲਾਂ ਬਾਅਦ ਤੁਹਾਨੂੰ ਇੱਕ ਮਰਲਾ ਅੱਲਾ ਨੇ, ਹਾਂਜੀ ਅੱਲਾ ਦਾ ਸ਼ੁਕਰ ਇੰਨਾ ਵੀ ਨੀ ਕਰੀਦਾ ਹੁੰਦਾ, ਵਾਪਸ ਹੀ ਨਾ ਲੈ ਲਵੇ ਉਹ। ਅੱਲਾ ਪਾਕ ਦਾ ਕਰੋੜ ਵਾਰੀ ਸ਼ੁਕਰ ਹੈ। ਪੁੱਤਰ ਉੱਥੇ ਨਾ ਇੱਟ ਕਿੰਨੀ ਕੁ ਲੱਗ ਜੂ ਚਾਚਾ ਜੀ ਇੱਥੇ? ਇੱਟ ਤਾਂ ਪੁੱਤਰ ਮੈਂ ਜਿੱਡੀ ਜ਼ੋਰ ਦੀ ਮਾਰੂ ਓਡੀ ਜ਼ੋਰ ਦੀ ਲੱਗੂ ਨਾ, ਲੇਕਿਨ ਗੱਲ ਇਹ ਹੈ ਮੈਂ ਸੌਣ ਲੱਗਾ, ਮੇਰੀ ਤਬੀਅਤ ਨੀ ਠੀਕ ਪੁੱਤਰ ਮੇਰਾ ਨਾ। ਇਹ ਮਜ਼ਾਕ, ਇਹ ਮਜ਼ਾਕ ਦਿਹਾੜੀ ਪੁੱਤਰ, ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਚੱਲ ਰਹੀ, ਉਸ ਤੋਂ ਬਾਅਦ ਰਾਤ ਪੈ ਜਾਂਦੀ। ਨਹੀਂ ਨਹੀਂ ਚਾਚਾ ਜੀ, ਇੱਥੇ ਮਹੱਲੇ ਚ ਗੱਲ ਕਰਨ ਡਏ ਸੀ, ਕਹਿੰਦੇ ਸੀ 70 ਰੁਪਏ ਦਿਹਾੜੀ ਚੱਲਣ ਡਈ ਹੈ। ਮੈਂ ਕਿਹਾ ਨਹੀਂ ਚਾਚਾ ਜੀ, ਤੁਹਾਡੇ ਆਪਣਾ ਨੇ 50-60 ਕਰ ਹੀ ਲੈਣ ਚਾਚਾ ਜੀ। ਇੱਕ ਮਿੰਟ ਠਹਿਰ ਜਾ, ਮੈਂ ਆਪਣੇ ਫੋਨ ਦੀ ਤਰੀਖ ਦੇ ਲਵਾਂ, 1700 ਕਿੰਨੇ ਤੇ ਨਹੀਂ ਆਈ ਕਿਤੇ। ਠਹਿਰ ਜਾ, ਕੌਣ ਆ ਤੂੰ? ਕਿਹੜਾ ਰਾਣਾ ਜਾ ਯਾਰ, ਮੇਰਾ ਦਿਮਾਗ ਨਾ ਖਰਾਬ ਕਰ ਪੁੱਤਰ। ਕਿੰਨੀ ਦਿਹਾੜੀ ਲਾਉਂਗੇ? ਇੱਕ ਮਰਲੇ ਉੱਧਰ, ਇੱਕ ਮਰਲੇ ਜਗ੍ਹਾ ਤੇ ਕੋਈ ਆਪਾਂ ਆਮੀ ਮਰੇ ਨਾ ਤੇ ਉਹਦਾ ਮਜ਼ਾਰ ਬਣਾ ਲਈ। ਛੇ ਭਰਾ ਤੁਸੀਂ, ਛੇ ਭਰਾ ਇੱਕੋ ਮਰਲੇ ਚ, ਤੈਨੂੰ ਮੈਂ ਬੈਠਕ ਵੀ ਬਣਾ ਕੇ ਦਿਆਂ ਪੁੱਤਰ। ਮੈਂ ਕਾਰੀਗਰ ਆ, ਮੈਂ ਪੁੱਤਰ ਮੈਂ ਮਿਸਤਰੀ ਆ, ਮੈਂ ਕੁਛ ਤੁਹਾਡੇ ਨਾਲ, ਲੇਕਿਨ ਮੈਨੂੰ ਲੱਗ ਰਿਹਾ ਕਿ ਤੁਸੀਂ ਇਸ ਜਗ੍ਹਾ ਦੇ ਵਿੱਚ ਨਾ ਮਰਲੇ ਦੇ ਵਿੱਚ ਆਪਣੀ ਕਬਰ ਬਣਵਾ ਬਣੀ ਮੇਰੇ ਕੋਲ, ਤੇ ਤੁਹਾਨੂੰ ਪਤਾ ਨਹੀਂ ਅਸੀਂ ਰਾਜਪੂਤ ਹੁੰਨੇ ਆ। ਰਾਜਪੂਤ ਹੁੰਨੇ ਆ ਤੇ ਮੈਂ ਕੀ ਕਰਾਂ? ਰਾਜਪੂਤ ਕੀ ਕਰਦੇ ਆ? ਰਾਜਪੂਤ ਕੀ ਹੁੰਦੇ ਆ? ਅਸੀਂ ਨਾ ਟੰਗ ਵੀ ਦੇਈਦਾ ਬੰਦੇ ਨੂੰ ਟਾਲੀ ਨਾ। ਅੱਛਾ, ਤੁਸੀਂ ਬੰਦੇ ਨੂੰ ਟੰਗ ਵੀ ਦਿੰਦੇ ਜੇ? ਜੀ ਚਾਚਾ ਜੀ। ਅੱਛਾ ਮਿਹਰਬਾਨੀ, 5 ਮਿੰਟ ਬਾਅਦ ਲਾਹ ਵੀ ਦਿੰਦੇ ਹੋਵੋਗੇ? ਨਹੀਂ, ਅਗਲੇ ਆਪ ਹੀ ਆ ਕੇ ਫੋਨ ਲਾ ਲੈਂਦੇ ਫਿਰ। ਉੱਧਰ ਗੱਲ ਇਹ ਆ ਕਿ ਗੱਲ ਐ ਵੀ ਮੈਂ ਤੇਰੇ ਨਾਲ ਸ਼ੂਗਰ ਲੱਗਾ ਸਾ। ਗੱਲ ਇਸ ਤਰ੍ਹਾਂ ਕਿ ਰਾਜਪੂਤ ਭਾਈ, ਗੱਲ ਇਹ ਹੈ ਕਿ ਰਾਤ ਦਾ ਟਾਈਮ ਆ, ਮਾਹੌਲ ਆਪਾਂ ਬਾਅਦ ਚ ਕਰ ਲਾਂਗੇ। ਇੱਕ ਮਰਲਾ ਜਗ੍ਹਾ ਜੇ ਤੇ ਗੱਲ ਸੱਚ ਆ ਤੇ ਪੁੱਤਰ ਉਹ 6 ਭਰਾ ਰਲ ਕੇ ਮਿਹਨਤ ਮਜ਼ਦੂਰੀ ਕਰੋਗੇ, 2-3 ਮਰਲੇ ਹੋਰ ਲੈ ਲਓ। ਮੈਂ ਪੁੱਤਰ ਸਸਤੇ ਦੇ ਵਿੱਚ ਤੁਹਾਨੂੰ ਬਣਾ ਦਿਆਂਗਾ, ਬੜੀ ਚੰਗੀ ਬਣਾ ਦਿਆਂਗਾ, 4 ਕਮਰਲੇ ਦੇ ਵਿੱਚ 6 ਭਰਾਵਾਂ ਦੀ ਤੇ ਫਿਰ ਸੋਰੀ ਬਣਾ ਕੇ ਬਹੁਤ ਸੋਹਣੀ ਮੈਂ ਬਣਵਾ ਦਿਆਂਗਾ। ਮੈਂ ਪੁੱਤਰ ਇੱਕ ਮਰਲੇ ਜੀ ਬਣਵਾਉਣਾ। ਮੇਰੀ ਜ਼ਿੰਦਗੀ ਦਾ ਪਹਿਲਾ ਕੇਸ। ਕਿਹੜਾ ਜੀ? ਇਹ ਆਖਰੀ ਸਾਬਤ ਹੋਣਾ ਜੀ। ਉੱਧਰ 6 ਭਰਾ ਜੇ ਚਾਹੋ ਨੁਕਰਾਂ ਤੋਂ ਫੜ ਕੇ ਮਰਲਾ ਹੀ ਖਿੱਚ ਕੇ ਵੱਡਾ ਕਰ ਲਓ। ਕੋਈ ਥੋੜਾ ਜਿਹਾ ਮੈਨੂੰ ਤੇ ਕੋਈ ਆਸਰਾ ਦਿਓ ਨਾ, ਇੱਕ ਮਰਲੇ ਚ ਭਰਾਵਾ ਮੈਂ ਕਿੱਦਾਂ ਕਰਾਂ? ਚਾਚਾ ਜੀ ਮੈਨੂੰ ਗੱਲ ਯਾਰੇ ਭਰਾ, ਇਸ ਉਮਰ ਚ ਤੁਹਾਨੂੰ ਹਯਾ ਨਹੀਂ ਆਉਂਦੀ ਇਦਾਂ ਦੀ ਗੱਲਾਂ ਕਰਨ ਲੱਗਿਆ? ਪੁੱਤਰ ਮੇਰਾ ਨਾਂ ਹੈਗਾ, ਮੇਰੀ ਗੱਲ ਸੁਣ, ਮੇਰਾ ਨਾਂ ਹੈਗਾ ਸਦੀਕ ਬਜਰੀ। ਮੈਂ ਬਾਹਰੋਂ ਮੁਲਕਾਂ ਤੋਂ ਕੋਰਸ ਕਰਕੇ ਆਇਆ ਪੁੱਤਰ। ਮੇਰਾ ਮਰਿਆ ਮਸਾਲਾ, ਮੇਰੀ ਖੜੀ ਕੀਤੀ ਕੰਧ, ਮੇਰੀ ਪਾਈ ਛੱਤ, ਠੀਕ ਆ, ਮੇਰਾ ਪਾਇਆ ਫਰਸ਼। ਇਹ ਅੱਜ ਤੋਂ 100-100 ਸਾਲ ਪੁਰਾਣੇ ਪਏ ਜਿਹੜੇ ਨਾ, ਜਦੋਂ ਮੈਂ ਨਹੀਂ ਸੀ ਹੁੰਦਾ ਉਦੋਂ ਦੇ ਪਏ ਵੀ ਅੱਜ ਤੱਕ ਚੱਲਣ ਦੇ। ਮੈਂ ਜਿਹੜੇ ਵੱਡੇ ਕੰਮ ਕੀਤੇ ਆ, ਤੂੰ ਮੇਰੇ ਕੰਮ ਦੇਖਣੇ ਆ ਤੇ ਪੁੱਤਰ ਲਾਹੌਰ ਕਰਾਚੀ ਜਾ ਵੇਖ, ਤੈਨੂੰ ਪਤਾ ਲੱਗੇ ਕਿੱਡੀ ਕਿੱਡੀ ਉੱਚੀਆਂ ਬਿਲਡਿੰਗਾਂ ਮੈਂ ਖੜੀਆਂ ਕੀਤੀ। ਝੂਠਾ ਤੂੰ, ਉਹ ਕਿੱਦਾਂ ਬਈ? ਕਰਾਚੀ ਸਟੇਟ ਲਾਈਫ ਦੀ ਬਿਲਡਿੰਗ ਦੇਖੀ? ਸਟੇਟ ਲਾਈਫ ਦੀ ਬਿਲਡਿੰਗ ਹਾਂ ਦੇਖੀ। ਜਾ ਕੇ ਵੇਖ, ਉਹਦੇ ਸਾਹਮਣੇ ਪੌਣੇ 2 ਮਰਲੇ ਦਾ ਘਰ, ਪੁੱਤਰ ਸਿੰਘ ਸਟੋਰੀ ਬਣੇ। ਚਾਚਾ ਤੂੰ ਹੈਰਾਨ ਹੋ। ਚਾਚਾ ਜੀ ਕੀ ਬਕਵਾਸ ਕਰਨ ਡੇ? ਚਾਚਾ ਜੀ ਇਹ ਕੀ ਬਕਵਾਸ ਕੀਤੀ ਹੈ? ਇਹ ਵਿੱਚ ਕੀ ਬਕਵਾਸ ਕੀਤੀ ਹੈ? ਹੈ ਕੋਤੇ ਦੇ ਪੁੱਤਰਾਂ ਤੇ ਅਕਲ ਨਹੀਂ ਹੈਗੀ? ਚਾਚਾ ਤੂੰ ਹੈਰਾਨ ਹੈ, ਤੇਰਾ ਸਾਰਾ ਖਾਨਦਾਨ ਹਰਾਮ ਦਾ। ਚਾਚਾ ਤੂੰ ਚਵਲ ਹੈ। ਚਾਚਾ ਚਾਚਾ ਹਨੀਬ ਬਜਰੀ, ਓਏ ਮੇਰੀ ਗੱਲ ਸੁਣ। ਓਏ ਮੈਂ ਤੇਰਾ ਨੰਬਰ ਟਰੇਸ ਨਹੀਂ। ਓਏ ਬੱਜਰ, ਮੈਂ ਤੇਰਾ ਨੰਬਰ ਟਰੇਸ ਨਹੀਂ। ਮੈਂ ਇੱਕ ਮਰਲੇ ਜਗ੍ਹਾ ਦੇ ਵਿੱਚ ਗਿਆ ਸੀ, ਟ੍ਰਿਪਲ ਸਟੋਰੀ ਕਵਰ ਬਣਾਉਣੀ। ਮੈਂ ਟੁੱਟੇ ਕਰਕੇ ਤੈਨੂੰ ਟ੍ਰਿਪਲ ਸਟੋਰੀ ਕਵਰ ਚ ਦਫਨਾਉਣੀ। ਮੇਰੀ ਬਕਵਾਸ, ਮੇਰੇ ਨਾਲ ਬਹੁਤੀ ਨੀ ਕਰਨੀ। ਮੈਂ ਆਪਣੇ ਪੁੱਤਰਾਂ ਨੂੰ ਜਗਾ ਲਿਆ ਨਾ, ਤੇ ਤੈਨੂੰ ਜਿੱਥੇ ਤੂੰ ਹੈਗਾ ਉੱਥੇ ਆ ਕੇ ਤੈਨੂੰ ਤੁਰ ਦੇਣਾ। ਕੱਢ ਪੁੱਤਰਾਂ ਨੂੰ ਬਾਹਰ, ਕੱਢ ਓਏ ਪੁੱਤਰਾਂ ਨੂੰ ਬਾਹਰ। ਚਵਲੇ ਚਿੱਟਾ ਝਾਟਾ ਤੇਰਾ ਆਟਾ ਖਰਾਬ ਹੋਏ ਖੱਚੇ। ਓਏ
ਚਵਲ ਬਾਬੇ ਬੇਟੇ ਉਹ ਬਜਰੀ ਬੇਟੇ ਸਹੀ ਸਹੀ ਬਜਰੀ ਤੁਹਾਨੂੰ ਸਾਲੇ 30 ਸਾਲ ਬਾਅਦ ਇੱਕ ਮਰਲੇ ਜਗ੍ਹਾ ਓਏ ਚੱਕੀ ਬਜਰੀ ਹੁਣ ਬਜਰੀ ਰੱਬ ਦੀ ਓਏ ਮੇਰੀ ਹੋਰ ਸਮਝ ਆਈ ਬਜਰੀ ਓਏ ਓਏ ਖੱਟੇ ਬਜਰੀ ਹਾਂ ਬਜਰੀ ਹਾਂ ਨਿਗਰੀ ਕੀ ਕੰਜਰੀ ਓਏ ਨਿਗਰੀ ਕੀ ਬਜਰੀ ਏ ਹਾਂ ਵੱਡੀ ਵੱਡੀ ਕੰਜਰੀ ਓਏ ਬਜਰੀ ਖੱਟ ਬਾਬਿਆ ਓਏ ਓਏ ਚਵਲਾ ਓਏ ਅੱਛਾ ਵੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਪੁੱਤਰ ਮੇਰੀ ਗੱਲ ਸੁਣ ਪੁੱਤਰ ਮੇਰੀ ਗੱਲ ਸੁਣ ਗੱਲ ਇਹ ਹੈ ਕਿ ਜਿਹੜੇ ਜਿਹੜੀ ਗੱਲ ਮਕਾਉਣੇ ਮੇਰੀ ਗੱਲ ਸੁਣ ਬਦਤਮੀਜ਼ੀ ਨਹੀਂ ਕਰਨੀ ਮੈਂ ਤੇਰੇ ਪਿਓ ਹਾਂ ਵਜਾ ਕੋਈ ਜਿਹੜੀ ਕੋਈ ਗਲਤੀ ਹੋਈ ਮੈਂ ਮਾਫ਼ੀ ਮੰਗਦਾ ਪਹਿਲੀ ਜਿਹੜੀ ਮੇਰੇ ਕੋਲ ਹੋਈ ਨਾ ਉਹਦੀ ਮੈਂ ਮਾਫ਼ੀ ਮੰਗਦਾ ਅਗਲੀ ਗੱਲ ਇਹ ਹੈ ਕਿ ਲੱਖ ਦੀ ਲਾਹਨਤ ਤੇਰੇ ਏਡੇ ਹੋਇਆਂ ਤੇ ਤੇਰੇ ਰਾਣੇ ਤੇ ਤੇਰੇ 30 ਸਾਲਾਂ ਦੇ ਪਲਾਟ ਤੇ ਵਿੱਚ ਹੀ ਤੇਰੇ ਖਾਨਦਾਨ ਤੇ ਤੇਰੇ ਦੋਧ ਪੁੱਤ ਤੇ ਬੇਟੇ ਲੱਖ ਦੀ ਬੇਸ਼ੁਮਾਰ ਦੀ ਤੁਰ ਦੀ ਲਾਹਨਤ ਓਏ ਬਜਰੰਗ ਬਲੀ ਓਏ ਬਜਰੰਗ ਬਲੀ ਓਏ ਬੱਜਰ ਤੇਰੇ ਲਗੇ ਪੁੱਤਰ ਓਏ ਓਏ ਬਜਰਾ ਓਏ ਆ ਕੰਜਰਾ ਓਏ ਬਜਰਾ ਵੇ ਬਜਰਾ ਵੇ ਬਕਵਾਸ ਕਰਦਾ ਰਹਿੰਦਾ ਤੇ 3:30 ਵਜੇ ਫੋਨ ਕਰਕੇ ਤੈਨੂੰ 11 ਵਜੇ ਦੇ ਦੇ ਬਜਰਾ ਰੇ ਬਜਰਾ ਰੇ ਤੇ ਓਏ ਓਏ ਪੁੱਤਰ ਮੇਰੀ ਗੱਲ ਸੁਣ ਵੇ ਬਜਰਾ ਵੇ ਵੇ ਬਜਰਾ ਵੇ ਬਜਰਾ ਬੱਜਰ ਬੇਟਾ ਬਜਰੀ ਪੁੱਤਰ ਮੈਂ ਤੇਰਾ ਪਿਓ ਆ ਮਜਾਵਾਂ ਮੈਂ ਤੇਰੇ ਪਿਓ ਆ ਮਜਾਵਾਂ ਵੇਖ ਮੈਂ ਤੈਨੂੰ ਕੰਜਰ ਕਹਿ ਸਕਦਾ ਮੈਂ ਕਿਉਂਕਿ ਮੈਂ ਤੇਰੇ ਪਿਓ ਆ ਬਜਾ ਮੈਂ ਤੈਨੂੰ ਬਗੈਰ ਤੇ ਕੰਜਰ ਕੁੱਤਾ ਕਬੀਨਾ ਕਹਿ ਸਕਦਾ ਮੈਂ ਵੀ ਤੈਨੂੰ ਕਹਿ ਸਕਦਾ ਕਿਉਂਕਿ ਮੈਂ ਤੇਰੇ ਪੁੱਤਰਾਂ ਬਜਾਇਆ ਕਦੇ ਪੁੱਤਰ ਨਹੀਂ ਕਹਿੰਦੇ ਹੁੰਦੇ ਪੁੱਤਰ ਸਿਰਫ ਪਿਓ ਦੀਆਂ ਲੱਤਾਂ ਘੁੱਟਦੇ ਹੁੰਦੇ ਆ ਜਾ ਦਫਾ ਹੋ ਜਾ ਏ ਓਏ ਜਾ ਦਫਾ ਹੋ ਜਾ ਬਾਬਿਆ ਚਬੜਾ ਮਿਸਤਰੀਆ ਵੱਡਿਆ ਓਏ ਮੈਂ ਤੇਰੇ ਗੋਡਿਆਂ ਤੇ ਛੰਨੀਆਂ ਮਾਰ ਰਹੀਆਂ ਓਏ ਕੀ ਮਾਰਨੀਆਂ ਤੂੰ ਗੋਡਿਆਂ ਤੇ ਮੇਰੇ ਮੈਂ ਤੇਰੀ ਕਬਰ ਤੇ 1 90 ਦਾ ਮਸਾਲਾ ਬਣਾ ਕੇ ਤੇ ਐਸੀ ਪੱਕੀ ਕਰਨੀ ਆ ਬੇਟੇ ਫਰਿਸ਼ਤਿਆਂ ਨੂੰ ਹਿਸਾਬ ਲੈਣ ਜਾਣਾ ਮੈਂ ਅੰਦਰ ਸਮਝ ਆਈ ਤੂੰ ਇਕੱਲੇ ਨੇ ਮਰ ਜਾਣਾ ਕਿਆਮਤ ਤੱਕ ਤੂੰ ਇੰਤਜ਼ਾਰ ਕਰਦੇ ਕਰਦੇ ਮਰ ਜਾਣਾ ਕਿ ਫਰਿਸ਼ਤੇ ਆਉਣ ਪਰ ਇਹ ਨਹੀਂ ਪਤਾ ਉੱਤੇ 1 90 ਦਾ ਮਸਾਲਾ ਲੱਗਾ ਫਰਿਸ਼ਤੇ ਆਉਣ ਕਿੱਦਾਂ ਲੱਖ ਦੀ ਲਾਹਨਤ ਤੇਰੇ ਜੰਮਣ ਤੇ ਲਾਹਨਤ ਬੇਟੇ ਔਰ ਜੰਮਣ ਤੋਂ ਬਾਅਦ ਤੇਰੇ ਥੋੜੇ ਜਿਹੇ ਵੱਡੇ ਹੋਣ ਤੇ ਲਾਹਨਤ ਔਰ ਉਸ ਤੋਂ ਬਾਅਦ ਤੇਰੇ ਮੁਸਲਸਲ ਹੁਣ ਤੱਕ ਵੱਡੇ ਹੋਣ ਤੇ ਲਾਹਨਤ ਬੇਟੇ ਔਰ ਤੇਰੀ 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 ਮੁਸਤਕਬਲ ਜਿੰਨਾ ਵੱਡਾ ਹੋਣਾ